ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਖਬਰਾਂ ਦੇ ਬੁਲੇਟਿਨ ਵਿੱਚ ਆਪ ਸਭ ਦਾ ਸਵਾਗਤ ਹੈ। ਮਾਰਦੇ ਹਾਂ ਸੁਰਖੀਆਂ ਤੇ ਇੱਕ ਨਜ਼ਰ। ਸ਼ਹੀਦਾਂ ਦੇ ਬੱਚਿਆਂ ਦੀ ਫੀਸ ਮਾਫ, ਮ੍ਰਿਤਕ ਦੇ ਘਰ ਹੋਈ ਚੋਰੀ, ਬੇਅਦਬੀ ਦੀ ਜਾਂਚ ਕੀਤੀ ਜਾਵੇ, ਦੋ ਧੀਆਂ ਦਾ ਬਾਪ ਇਲਾਜ ਲਈ ਮੰਗਦਾ ਮਦਦ, ਵਿਧਾਇਕ ਗੋਲਡੀ ਦੁਆਰਾ ਰੇਡ, ਗੁਰਬਾਣੀ ਦਾ ਹੋਵੇਗਾ ਸਿੱਧਾ ਪ੍ਰਸਾਰਣ, ਮਾਤਾ ਗੰਗਾ ਸੁਸਾਇਟੀ ਦੀ ਹੋਈ ਚੋਣ। ਤੇ ਹੁਣ ਖਬਰਾਂ ਵਿਸਥਾਰ ਨਾਲ। ਖਬਰ ਲੈਂਦੇ ਹਾਂ ਅੰਮ੍ਰਿਤਸਰ ਤੋਂ। ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਵੀਰਾਂ ਦੇ ਬੱਚਿਆਂ ਦੀ ਟਿਊਸ਼ਨ ਫੀਸ ਪੂਰੀ ਤਰ੍ਹਾਂ ਮਾਫ਼ ਹੋਵੇਗੀ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਮਾਰਦੇ ਹਾਂ ਨਜ਼ਰ। ਐਕਸ ਸਰਵਿਸਮੈਨ ਦੇ ਜਿਹੜੀ ਸਾਡੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਦੇਸ਼ ਲਈ, ਜਿਨ੍ਹਾਂ ਨੇ ਆਪਣਾ ਅੱਜ ਵਾਰਿਆ ਸਾਡੇ ਕੱਲ੍ਹ ਦੇ ਸੁੱਖ ਲਈ, ਉਹਨਾਂ ਦੇ ਬੱਚਿਆਂ ਨੂੰ ਇਹਨਾਂ ਨੇ ਫਰੀ ਕੋਚਿੰਗ ਦੇਣ ਦੀ ਜੋ ਇਨੀਸ਼ੀਏਟਿਵ ਲਿਆ ਹੈ, ਬਹੁਤ ਸ਼ਲਾਘਾਯੋਗ ਹੈ ਔਰ ਮੈਂ ਇਹਦੀ ਜ਼ਰੂਰ ਐਪਰੀਸ਼ੀਏਟ ਕਰਦਾ। ਬਾਕੀ ਮੈਂ ਕਹਾਂਗਾ ਕਿ ਜਦੋਂ ਮੈਂ ਤੁਹਾਡੀ ਸਾਰੀ ਪ੍ਰੈਸ ਵੇਖੀ ਤੇ ਮੈਨੂੰ ਕਾਫੀ ਡਰ ਜਿਹਾ ਲੱਗਿਆ। ਆਈ ਹੈਵ ਨੈਵਰ ਫੇਸਡ ਸੋ ਮੈਨੀ ਕੈਮਰਾਸ ਐਟ ਵਨ ਟਾਈਮ, ਬਟ ਆਲ ਆਫ ਸਡਨ ਮੇਰੀ ਇੰਡੀਆ ਜੋ ਹੈ ਨਾ, ਵਨ ਆਫ ਯੂ ਮਸਟ ਯੂ ਵੀ ਉਸਕੀ ਬਾਜੂ ਵੀ ਲਿਖਾ ਹੋਇਆ ਤਾਂ ਦੇਰ ਫੌਜ ਦੇ ਰਵੈਰ ਤੋਂ ਮੈਨੂੰ ਬੜੀ ਉਤਸ਼ਾਹ ਮਿਲਿਆ। ਕੋਈ ਖਤਰੇ ਵਾਲੀ ਗੱਲ ਨਹੀਂ, ਇਹ ਸਭ ਜਿਹੜੇ ਆ ਸਾਡੇ ਮੇਰੇ ਲਈ ਤੇ ਆਕਾਸ਼ ਗਰੁੱਪ ਲਈ ਸ਼ੁਭ ਵਿਸ਼ੇਸ਼ ਦੇਣ ਆਏ ਨੇ ਔਰ ਜਿਹੜਾ ਕਾਜ਼ ਹੈ ਇਹਨਾਂ ਦਾ ਉਹਨੂੰ ਪ੍ਰੋਪਾਗੇਟ ਕਰਨਾ ਤੇ ਬੜੀ ਖੁਸ਼ੀ ਹੋਈ। ਖਬਰ ਲੈਂਦੇ ਹਾਂ ਗਿੱਦੜਵਾਹਾ ਤੋਂ। ਮ੍ਰਿਤਕ ਦੇ ਘਰ ਹੋਈ ਚੋਰੀ। ਇੱਕ ਵਾਰੀ ਫਿਰ ਦੱਸ ਦਈਏ ਕਿ ਮ੍ਰਿਤਕ ਦੇ ਘਰ ਚੋਰੀ ਹੋਈ ਹੈ ਔਰ ਕਿਤੇ ਨਾ ਕਿਤੇ ਇਸ ਘਟਨਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਪੂਰੀ ਜਿਹੜੀ ਇਸ ਖਬਰ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਆਖਿਰ ਉਹ ਲੋਕ ਕੌਣ ਨੇ ਜਿਨ੍ਹਾਂ ਨੇ ਮ੍ਰਿਤਕ ਦੇ ਘਰ ਚੋਰੀ ਕੀਤੀ ਹੈ, ਆਓ ਮਾਰਦੇ ਹਾਂ ਇਸ ਪੂਰੀ ਖਬਰ 'ਤੇ ਨਜ਼ਰ। ਨਾਮਾ ਜੀ, ਮੈਂ ਸੁਰੇਸ਼ ਕੁਮਾਰ ਟਾਂਕ ਜੀ। ਕੀ ਕਹਿਣਾ ਚਾਹੁੰਦੇ ਹੋ ਜੀ ਅੱਜ? ਸਰ ਜੀ, ਰਾਜਪਾਲ ਟਾਂਕ ਸੀਗਾ, ਟੋਲਕੀ ਮਾਸਟਰ, ਜੋ ਕਿ ਵਾਲਮੀਕਿ ਮੁਹੱਲੇ 'ਚੋਂ ਇੱਧਰ ਇਸ ਨੇ ਮਕਾਨ ਲਿਆ ਸੀਗਾ। ਇਸ ਮਕਾਨ ਦੇ ਵਿੱਚ ਰਹਿ ਰਿਹਾ ਸੀ ਰੂਪਨਗਰ ਦੇ ਵਿੱਚ। ਅਚਾਨਕ ਕਲ ਅਟੈਕ ਦੇ ਕਾਰਨ ਇਹਨਾਂ ਦੀ ਮੌਤ ਹੋ ਗਈ। ਇਹਨਾਂ ਦੀ ਜੋ ਡੈੱਡ ਬੋਡੀ ਹੈ ਅਸੀਂ ਉੱਧਰ ਪੁਰਾਣੇ ਘਰ ਲੈ ਗਏ ਅਤੇ ਪਿੱਛੇ ਜੋ ਹੈ ਸੁਣਨਾ ਘਰ ਸੀਗਾ ਖਾਲੀ, ਅਤੇ ਨਸ਼ੇੜੀਆਂ ਨੇ, ਪਤਾ ਨਹੀਂ ਹੋਰ ਕਿਸੇ ਨੇ ਇਹ ਫਾਇਦਾ ਚੁੱਕ ਲਿਆ ਕਿ ਇੱਧਰ ਤਾਂ ਕੋਈ ਹੈ ਨਹੀਂ, ਅਤੇ ਘਰ ਦੇ ਵਿੱਚ ਆ ਕੇ ਸਾਰਾ ਕੁਝ ਹੂੰਝ ਕੇ ਲੈ ਗਏ ਜੀ, ਚੋਰੀ ਕਰਕੇ ਲੈ ਗਈ। ਅਤੇ ਸਾਡੀ ਇਹ ਮੰਗ ਹੈ ਜੀ ਪ੍ਰਸ਼ਾਸਨ ਅੱਗੇ ਵੀ ਕਿਰਪਾ ਕਰਕੇ ਇਹਨਾਂ ਦਾ ਜੋ ਹੈ ਮਸਲਾ ਹੱਲ ਕਰਨ। ਕੁਛ ਤਾਂ ਰੱਬ ਨੇ ਮਾਰਤੇ, ਕੁਛ ਹਜੇ ਚੋਰਾਂ ਨੇ ਮਾਰਤੇ, ਨਸ਼ੇੜੀ ਸੀ ਜਾਂ ਕੌਣ ਸੀ। ਕਿਰਪਾ ਕਰਕੇ ਜੋ ਹੈ ਪੁਲਿਸ ਅੱਗੇ ਬੇਨਤੀ ਹੈ ਕਿ ਨਸ਼ੇੜੀਆਂ ਨੂੰ ਜੋ ਹੈ ਠੱਲ ਪਾਵੇ ਤਾਂ ਕਿ ਇਹੋ ਜਿਹੇ ਕੰਮ ਨਾ ਹੋਣ। ਖਬਰ ਲੈਂਦੇ ਹਾਂ ਗੁਰਦਾਸਪੁਰ ਤੋਂ। ਬੇਅਦਬੀ ਨੂੰ ਲੈ ਕੇ ਜਿਹੜੀ ਜਾਂਚ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ। ਕੱਲ੍ਹ ਏਵਨ ਪੰਜਾਬੀ ਚੈਨਲ ਨੇ ਲਾਈਵ ਤਸਵੀਰਾਂ ਦਿਖਾਈਆਂ ਸੀ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਵੱਲੋਂ ਕਾਲੀ ਮਾਤਾ ਜੀ ਦੀ ਫੋਟੋ ਦੀ ਬੇਅਦਬੀ ਕੀਤੀ ਗਈ ਸੀ। ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸ਼ਰਧਾਲੂਆਂ ਵਿੱਚ ਕਾਫੀ ਰੋਸ ਸੀਗਾ। ਇਸ ਸੰਬੰਧ ਵਿੱਚ ਹੋਰ ਕੀ ਗੱਲਬਾਤ ਹੋਈ ਹੈ, ਵੇਖਦੇ ਹਾਂ ਖਬਰ। ਇੱਥੇ ਲੰਗਰ ਦੀ ਵਿਵਸਥਾ ਕੀਤੀ ਗਈ ਸੀ, ਉਹਦੀ ਖੁਸ਼ੀ ਦੇ ਵਿੱਚ ਇੱਕ ਅਣਜਾਣ ਵਿਅਕਤੀ ਨੇ ਆ ਕੇ ਸ਼ਿਵਾਂ ਦੇ ਅੱਗੇ ਚੱਪਲਾਂ ਰੱਖੀਆਂ। ਉਹ ਬਹੁਤ ਵੱਡੀ ਬੇਅਦਬੀ, ਫਿਰ ਸ਼ਿਵਾਂ ਦੇ ਅੱਗੇ, ਫਿਰ ਮਾਂ ਪਾਰਵਤੀ ਦੇ ਅੱਗੇ, ਜਿਨ੍ਹਾਂ ਨੂੰ ਆਪਾਂ ਆਪਣੇ ਪਿਓ, ਆਪਣਾ ਈਸਟ ਸਭ ਕੁਝ ਮੰਨਦੇ ਹਾਂ, ਅਤੇ ਉਹ ਸਾਡੇ ਧਰਮ 'ਚ ਬਹੁਤ ਵੱਡੀ ਬੇਅਦਬੀ ਆ। ਉਸ ਤੋਂ ਵੱਧ ਬੇਅਦਬੀ ਪੁਲਿਸ ਪ੍ਰਸ਼ਾਸਨ ਨੇ ਕੀਤੀ ਆ, ਜੋ ਕਿ ਉਹਨੂੰ ਛਡਵਾ ਕੇ ਇੱਥੋਂ ਲੈ ਕੇ ਗਈ ਆ, ਅਤੇ ਦੋ ਧੜੇ ਬਣਾਏ ਕਿ ਆਪਸ 'ਚ ਸਿੱਖ ਹਿੰਦੂ ਲੜਨ, ਜਦਕਿ ਇਹੋ ਜਿਹਾ ਕੋਈ ਮਸਲਾ ਹੀ ਹੈ ਨਹੀਂ। ਨਾ ਆਪਾਂ ਉਹਨੂੰ ਕੁਛ ਮਾੜਾ ਸ਼ਬਦ ਕਿਹਾ ਤਾਂ ਨਾ ਕਿਸੇ ਨੂੰ ਮਾੜਾ ਸ਼ਬਦ ਕਿਹਾ, ਨਾ ਪੁਲਿਸ ਪ੍ਰਸ਼ਾਸਨ ਨੇ ਗਲਤ ਕੰਮ ਕਰਾਇਆ, ਪੁਲਿਸ ਪ੍ਰਸ਼ਾਸਨ ਨੇ ਗਲਤ ਮਤਲਬ ਕਰਾਇਆ। ਸਾਡੇ ਇੱਥੇ ਸਿੱਖ ਜਥੇਬੰਦੀਆਂ ਵੀ ਇੱਥੇ ਬਹਿ ਕੇ ਗਈਆਂ ਵਾ, ਸਿੱਖ ਜਥੇਬੰਦੀਆਂ ਵੀ ਬਹਿ ਕੇ ਗਈਆਂ, ਪਰ ਪੁਲਿਸ ਪ੍ਰਸ਼ਾਸਨ ਨੂੰ ਇਹ ਸੀ ਕਿ ਇਹਨੂੰ ਉਠਾਈਏ ਕਿਸੇ ਤਰ੍ਹਾਂ, ਕੋਈ ਹੱਲ ਨਹੀਂ ਲੱਭਾ ਅਤੇ ਆਪਾਂ 'ਚ ਲੜਾਈ ਲਵਾ ਦਈਏ। ਕੀ ਇਹ ਨਿਖੜ ਜਿਹਾ ਉਹਨੂੰ ਫੜਿਆ ਗਿਆ ਅਤੇ ਉਹਨੂੰ ਲੈ ਕੇ ਗਿਆ ਦੋ ਘੰਟੇ, ਜਦਕਿ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਡੀਸੀ ਸਾਹਿਬ ਇੱਥੇ ਆ ਕੇ ਬਿਆਨ ਕਰਨਗੇ। ਹੁਣ ਸਾਡਾ ਇੱਕੋ ਹੀ ਮੰਗ ਹੈ ਕਿ ਜਿਹੜੀ ਪੁਲਿਸ ਪ੍ਰਸ਼ਾਸਨ ਇੱਥੇ ਆਈ ਉਹ ਸਾਰੀ ਡਿਸਮਿਸ ਚਾਹੀਦੀ ਆ, ਮੁੰਡੇ ਦਾ ਨਾਮ ਨਹੀਂ ਪਤਾ, ਪੁਲਿਸ ਦੇ ਕਬਜ਼ੇ 'ਚ ਆ।
इको मांग करने पुलिस प्रशासन जी इतने मौके पर आई वो सारी डिसमिस चाहिए है क्योंकि यहोजे मुद्दे गांह फ्यूचर च भी क्योंकि पुलिस की यही प्लैनिंग है धड़े बनाओ लड़ाओ आपे भैन चो लड़ना आप पुलिस ने मुंडे को छड़ा के लै गए हैं इतने दो धड़े बनवाते धक्के शाही ना लैके जबकि आप मुंडे का कोई धक्का नहीं करते आप पुलिस ने इन्ना कहा कि तुम अपनी घेरेबंदी रखो आप इन्नी गल कही पुलिस क्यों तुम अपनी घेरेबंदी रखो साडा कोई बंदा नहीं हाथ लाता। खबर लेने गुरदासपुर तो दो धियां का बाप अपने इलाज वास्ते दर दर दियां ठोकर खा रहा है लोगों के कोल मदद की गुहार लगा रहा है और मेरी मदद की जाए वेखो किस तरह की मदद चाहता है। ये मेरे पापा ने इन्हों की सट लग गई इन्हों की धौन टुट गई शटरंग का काम कंडे उदोदा की धौन टुट गई हूँ साढ़े चार साल हो गए मंजे ते जे इन्हों के बाथरूम वाली पाइप लगी लैटरिंग बाथरूम उपर जे जख्म भी होया इन्हों के पश पै गई जे तो दोवें जेडे इन्हों के चूल्हे ही उन्होंने मगर जख्म हो गए तो जिन्हों के करके चूल्हे खराब हो गए जी पापा मेरे का हूँ इलाज पी जी आई दे चलना ना तो इतने कोई डॉक्टर हाथ नहीं पाता तो कृपा करके मेरे पापा का इलाज करवाया जाए घर के हालात बहुत माड़े ने सेवा सोसायटी सोल वाले सू महीने का सौदा देंगे जे बाकी होर कहने नहीं हाँ मदद की। मेरे करंट लग गया है जी 2018 की गलबात जी 4 साल ही हो गया जी 1 महीने तक 4 साल हो जाने हैं तो उदों तो इदा ही बहुत तंगी आ जी इलाज नहीं हो रहा मेरा लत्तां दा भी चूल्हे का भी बड़ी मुश्किल आ जी। हाँ जी घर का गुजारा बड़ी मुश्किल आ जी पहला दिंदे होंदे रिश्तेदार मदद करते यार दोस्त भी हुण सारे पछाँ हो गया जी चलो अं माई भागो सेवा सोसायटी वाले बेचारे वो आपकी मदद कर रहे हैं महाराज उन्होंने होर दे तो अं दानी सज्जना गारी बेनती करता वा भी मेरा इलाज करा दो मेरे बच्चों की पढ़ाई करा दो वधिया उन्होंने भी सुपने आ वधिया पढ़िए कदे अं कि वधिया लगीए एक अफसर बनीए अं यही अपील करदा दानी सज्जना गारी जो संस्था मेरा जी 10-12 लाख रुपये के लागे लग गया 6-7 लाख के लागे साढ़े को बिल है गया अज तो 11 हस्पतालों के मैं इलाज करा चुका जिदे मेरे को रसीदा बिल ने तो बड़ी मुश्किल चलन दिया जी हूँ सारे लोग पछा हो गया इलाज लम्मा हो गया ये करके हूँ कोई फोन चुकता कोई नहीं चुकता इदा नहीं देंगे हूँ मदद नहीं कोई कर लिया जी रिश्तेदार गुजारा बड़ी मुश्किल वा जी इदा ही जे कद हो दे खाली का वा फिर की करना वा हमें आंढ़ी गुआढ़ी बेचारे योजे होंगे कि मंगे किसी को आपो अपना ही सरदा सारिया का। खबर लें जलालाबाद तो विधायक गोल्डी कंबोज द्वारा हेल्थ विभाग के बकायदा तौर पर रेड किया गया कमां का जायजा लिता गया और लोगों नाल गलबात की गई है वेखते हैं खबर। गोल्डी जी की दिखाई देता है शुरुआती तौर पर पहुंचे वेखो बड़े दिनों इतने चल रहे बट वेखो जो सिस्टम है हॉस्पिटल का जो इन्हों की रिक्वायरमेंट्स देखो असी साडा फर्ज बनता भी जो सब तो माड़ा नशा कैमिकल है जो ये प्रोवाइड कर रहे तो पूरी चेकिंग होगी जो बढ़ती कार्रवाई ना तो होगी जे डॉक्यूमेंट्स नहीं 620 रुपये लै गए कहते सर 2 पत्तिया के जो दवाई जी नशा छुड़ाऊ की दवाई है वो हॉस्पिटल सरकारी के फ्री मिलती है डॉक्टर भी प्रोवाइड फिर इस चीज़ करके चेक करना ही है टीम पता लग्या मैं भी तो ही है कि बहुत माड़ी गल है जो कोई यहोजा काम चलता इस करके बख्शे नहीं जाएंगे बिल्कुल भी तुम्हें कोई शिकायत मिली इस पहले इस मामले बिल्कुल शिकायत मिली असं करिए भी कई बार शिकायत बट हम टीम आई है वो वेखूगी की करना चाहिए जो इन्होंने नॉर्म्स बनते हैं जो नहीं पूरे जो बनती कार्रवाई होगी उन्होंने बंदा भी पकड़िया और दवाई भी पकड़ी है और पैसे भी वो दस रहा कि मैं इतों कई बार आके लैके जा रहा दवाई इतों तो फिर स्पष्टीकरण हो रहा कि इतने धंधा जोर ना चल रहा तो चल रहा ता ही फिर वेखो जो चल रहा तो भुगतान भी कर ना इन्हें कोई डॉक्टर है ना इन्हें सिस्टम है ना सैकट्रिक डॉक्टर है विदाउट सैकट्रिक डॉक्टर ये मेडिसिन प्रोवाइड कर नहीं सकते एंड ना ही इन्हें कोई मेरे लगता कोई टीम है बाकी टीम है ये चेक करो। खबर लेंदे हां माछीवाड़ा तो गुरबाणी का होगा सीधा प्रसारण दस दी है कि श्रोमणी गुरुद्वारा प्रबंधक कमेटी द्वारा एक यूट्यूब चैनल भी प्रोवाइड किया जा रहा है वेखो पूरी खबर। प्रधान जी एक जो नवा चैनल शुरू कर जा रहे हो तुसी उस कद तक शुरू हो चुका जी ਵੱਲੋਂ ਆਦੇਸ਼ ਹੋਇਆ ਸੀ ਅੱਗੇ ਇੱਕ ਦਿਨ
कि श्रोमणी गुरुद्वारा प्रबंधक कमेटी अपना चैनल बना ये बड़े लंबे अरसे की यह मंग भी सी श्रोमणी कमेटी का अपना चैनल चाहिए हूँ कल उन्हें हदायत की आ कि सत्तां के दिनों के यह सारा सिस्टम जिहड़ा यह वाइंड अप करो ताकि नवा चैनल शुरू हो जाए उहदे विच हुण क्योंकि नवा चैनल लैण लई इनफॉर्मेशन एंड ब्रॉडकास्टिंग मिनिस्ट्री सेंटर के पिछों इजाजत लैनी पैंदी आ उहदा एक वखरा प्रोसीजर आ ते असीं हुण जतन करांगे कि जथेदार साहब के आदेश अनुसार उत्थे जिहड़ा यूट्यूब वैबसाइट चैनल जिहड़ा असीं श्रोमणी कमेटी का वो क्योंकि थोड़ा जिहा उहदे विच साडे विच तब्दीलियां भी करनियां पैणियां भावें साडा सोशल मीडिया पहलां ही चलदा उहदे विच नवा इंफ्रास्ट्रक्चर जिहड़े कोई कैमरे बड़े क्योंकि अज कल महंगे उह सारे कल बैठ के करांगे फैसला उह सारा ते जथेदार साहब के आदेश मुताबक जरूर जिन्ना है उह जतन कीता जाऊगा नहीं वो भी चलूगा हाले क्योंकि 23 तक उन्होंने बैठ के देखा की एडजस्टमेंट कर दे खबर लेंदे आ टांडे तो माता गंगा वेलफेयर सोसाइटी की चोण की गई है सर्वसम्मति नाल की गई चोण विच चारे पासे एक खुशी और एकता का चिन्ह जिहड़ा है नज़र आ रहा है वेखो पूरी खबर वाहिगुरु जी का खालसा वाहिगुरु जी की फतेह आप सारिया संगतों जिस तरह भली भांत पता ही है कि साहिब सतगुरु श्री गुरु हरगोबिंद साहब महाराज जी के पवित्र चरण छू प्राप्त इतिहासक स्थान गुरद्वारा टाली साहब विखे पिछले कुछ सालों तो माता गंगा जी वेलफेयर सोसायटी का गठन होया सी ते पिछले काफ़ी समय तो धर्म दे ते समाज दे विच कार्ज कर रही है इस तरह अज पुनर्गठन इस सोसायटी का होया जिसका प्रधान सर्वसम्मति ने सरदार सुखनिंदर सिंह जी गिल जी ने बनाया तो सारे मैंबर ने सर्वसम्मति दे नाल मता पास किया तो असी सोसायटी के मैंबर को यही बेनती करते हाँ कि अगे नालों भी वध चढ़ के ते आपो अपनियां सारियां जिम्मेवारी समझ के ते मन दे विच कोई बैर भावना नहीं रख के ਇਹਨੂੰ ਚੜ੍ਹਦੀ ਕਲਾ ਦੇ ਨਾਲ ਆਪਾਂ ਅੱਗੇ ਲੈ ਕੇ ਜਾਣਾ ਸਾਰੇ ਵੀਰਾਂ ਦਾ ਇੱਕ ਵਾਰ ਫਿਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੁਣ ਤੱਕ ਦੀ ਅਪਡੇਟ ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ ਜਿਵੇਂ ਗਠੀਆ ਸਰਵਾਈਕਲ ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087